ਅੱਜ ਅਮਰਿੰਦਰ ਸਿੰਘ ਜੀ ਆਪਣੀ ਕੁਰਸੀ ਬਚਾਉਣ ਵਿੱਚ ਲੱਗੇ ਨੇ, ਔਰ ਨਵਜੋਤ ਸਿੰਘ ਸਿੱਧੂ ਵਰਗੇ ਏਜੰਟ ਜਿਹੜੇ ਨੇ ਰਾਹੁਲ ਗਾਂਧੀ ਦੇ ਛੱਡੇ ਹੋਏ, ਉਹ ਸੀਐਮ ਦੀ ਕੁਰਸੀ ਨੂੰ ਝਟਕਾਉਣ ਵਿੱਚ ਲੱਗੇ ਹੋਏ ਨੇ। ਅੱਜ ਰਾਹੁਲ ਗਾਂਧੀ ਪਹਿਲੇ ਰਾਸ਼ਟਰੀ ਅਧਿਅਕਸ਼ ਨੇ। ਕਾਂਗਰਸ ਪਾਰਟੀ ਇੱਕ ਵਿਚਿੱਤਰ ਪਾਰਟੀ ਹੈ ਕਿ ਜਿਹੜੇ ਪੂਰੇ ਦਮ ਦੇ ਨਾਲ ਲੱਗੇ ਨੇ ਕਿ ਕੈਪਟਨ ਸਰਕਾਰ ਨੂੰ ਕਮਜ਼ੋਰ ਕਿਸ ਤਰ੍ਹਾਂ ਕੀਤਾ ਜਾਏ। ਔਰ ਮੈਂ ਸਮਝਦਾ ਮੋਦੀ ਜੀ ਨੇ ਬਿਲਕੁਲ ਸਹੀ ਕਿਹਾ ਸੀ ਕਿ ਕੈਪਟਨ ਫੌਜੀ ਸੁਤੰਤਰ ਸੁਭਾਅ ਦੇ ਨੇ, ਨਾ ਉਹ ਆਪਣੀ ਹਾਈਕਮਾਂਡ ਨੂੰ ਮੰਨਦੇ ਨੇ, ਨਾ ਉਹਨਾਂ ਦਾ ਰਾਸ਼ਟਰੀ ਨੇਤ੍ਰਿਤਵ ਕੈਪਟਨ ਸਾਹਿਬ ਨੂੰ ਮੰਨਦਾ। ਸੋ ਇੰਨੀਆਂ ਵੱਡੀਆਂ ਗਲਤੀਆਂ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਜੈਸੇ ਦੀਮਕ ਕਾਂਗਰਸ ਵਿੱਚ ਭੇਜੇ ਹੋਏ ਨੇ ਰਾਹੁਲ ਗਾਂਧੀ ਨੇ, ਕੈਪਟਨ ਦੀ ਜਿਹੜੀ ਕੁਰਸੀ ਹੈ ਉਹਨੂੰ ਦੀਮਕ ਬਣ ਕੇ ਝੱਟ ਰਹੇ ਨੇ। ਅੱਜ ਜੋ ਉਹਨਾਂ ਦੀ ਰੱਸਾਕਸ਼ੀ ਚੱਲ ਰਹੀ ਹੈ, ਔਰ ਕੈਪਟਨ ਅਮਰਿੰਦਰ ਸਿੰਘ ਨੇ ਸਭ ਦੇ ਵਿੱਚ ਮੰਨਿਆ ਕਿ ਅੱਜ ਨਵਜੋਤ ਸਿੰਘ ਸਿੱਧੂ ਤੇ ਉਹਦੇ ਸਾਥੀ ਜਿਹੜੇ ਨੇ ਉਹ ਮੇਰੀ ਕੁਰਸੀ ਝਟਕਾਉਣ ਦੇ ਲਈ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ।